ਫਾਜ਼ਿਲਕਾ ਸਮਾਜ ਅੰਦਰ ਲੋਕ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਮਹੱਲਾ ਫਾਜ਼ਿਲਕਾ ਵੱਲੋਂ ਨਵੇਂ ਸਾਲ ਦੇ ਮੌਕੇ ਫਾਜ਼ਿਲਕਾ ਦੇ ਆਸ਼ਾ ਵਿਊ ਗੈਸਟ ਹਾਊਸ ਵਿੱਚ ਇੱਕ ਸਾਰੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ, ਜਿੱਥੇ ਨਵੇਂ ਸਾਲ ਮੌਕੇ ਸਭ ਨੂੰ ਵਧਾਈ ਦਿੱਤੀ ਗਈ ਅਤੇ ਸ਼੍ਰੀ ਬਾਲਾ ਜੀ ਦਾ ਚਿੱਤਰ ਭੇਟ ਕੀਤਾ ਗਿਆ। ਇਸ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਮਹੱਲਾ ਫਾਜ਼ਿਲਕਾ ਵੱਲੋਂ ਸਭ ਨੂੰ ਚਿੱਤਰ ਭੇਟ ਕਰਦੇ ਹੋਏ ਸਮੂਹ ਫਾਜ਼ਿਲਕਾ ਵਾਸੀਆਂ ਲਈ ਨਵਾਂ ਸਾਲ ਸੁੱਖ, ਸ਼ਾਂਤੀ, ਸਮਰਿੱਧੀ, ਤਰੱਕੀ, ਸਿਹਤ ਯਾਬਤਾ ਲੈ ਕੇ ਆਵੇ ਦੀ ਕਾਮਨਾ ਕੀਤੀ ਗਈ ਅਤੇ ਆਉਣ ਵਾਲੇ ਨਵੇਂ ਸਾਲ ਜੋ ਹੁਣ ਸ਼ੁਰੂ ਹੋ ਚੁੱਕਿਆ ਹੈ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਮਾਜ ਸੇਵਾ ਦੇ ਹੋਰ ਕਿਹੜੇ ਕਿਹੜੇ ਕੰਮ ਕਿਸ ਕਿਸ ਤਰੀਕੇ ਨਾਲ ਕੀਤੇ ਜਾ ਸਕਦੇ ਹਨ ਅਤੇ ਉਹਨਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਇਸ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਮਹੱਲਾ ਫਾਜ਼ਿਲਕਾ ਵੱਲੋਂ ਇਹ ਵਿਸ਼ੇਸ਼ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜਿਸ ਤਰ੍ਹਾਂ ਅੱਤ ਦੀ ਸਰਦੀ ਪੈ ਰਹੀ ਹੈ, ਸਰਦੀ ਵਿੱਚ ਬੇਘਰੇ ਲੋਕਾਂ ਨੂੰ ਉਹਨਾਂ ਦੇ ਰਹਿਣ ਦੀ ਛੱਤ, ਰਹਿਣ ਬਸੇਰਾ ਜਾਂ ਗਰਮ ਕੱਪੜੇ ਵੀ ਮੁਹੱਈਆ ਕਰਾਉਣ ਦੇ ਵਿੱਚ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਵੀ ਕਿਸ ਕਿਸ ਤਰ੍ਹਾਂ ਉਹ ਕੀਤਾ ਜਾਣਾ ਹੈ ਅਤੇ ਉਸ ਸਭ ਦੀ ਰਣਨੀਤੀ ਬਣਾਈ ਗਈ। ਇਸ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਮਹੱਲਾ ਫਾਜ਼ਿਲਕਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਸੱਚੀ ਸਰਕਾਰ ਕੀ ਜੈ, ਬੋਲ ਬਾਲਾਜੀ ਮਹਾਰਾਜ ਕੀ ਜੈ, ਬੋਲ ਲਾਲ ਲੰਗੋਟੇ ਵਾਲੇ ਕੀ ਜੈ, ਜੈ ਸ਼੍ਰੀ ਬਾਲਾਜੀ, ਜੈ ਸ਼੍ਰੀ ਰਾਮ। ਅੱਜ ਸ਼੍ਰੀ ਬਾਲਾ ਜੀ ਸੇਵਾ ਸੰਘ ਗਾਂਧੀ ਨਗਰ ਫਾਜ਼ਿਲਕਾ ਵੱਲੋਂ ਅੱਜ ਇੱਕ ਨਵੇਂ ਸਾਲ ਦੇ ਉਪਲਕਸ਼ ਵਿੱਚ ਇੱਕ ਮੀਟਿੰਗ ਰੱਖੀ ਗਈ, ਜਿਸ ਦੇ ਵਿੱਚ ਅੱਜ ਨਵਾਂ ਸਾਲ ਜਿਹੜਾ ਹੈ ਸਾਰਿਆਂ ਵਾਸਤੇ ਤੰਦਰੁਸਤੀ ਪਈ ਰਹੇ, ਉਸ ਦੇ ਬਾਰੇ ਬਾਲਾ ਜੀ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਅਗਲੀ ਪੈਦਲ ਯਾਤਰਾ ਜਿਹੜੀ ਬਾਗ ਡੋਜਾ ਸਾਡੀ ਜਾਂਦੀ ਹੈ ਉਹਦੇ ਅੱਜ ਡਿਸਕ ਕਰਨ ਵਾਸਤੇ ਇੱਕ ਮੀਟਿੰਗ ਰੱਖੀ ਗਈ ਹੈ। ਸਾਰੇ ਅਸੀਂ ਸਾਰੇ ਇਕੱਠੇ ਹੋਏ ਹਾਂ, ਇੱਕ ਤਾਂ ਚਲੋ ਡਿਸਕਸ ਕਰਾਂਗੇ ਮੀਟਿੰਗ ਬਾਰੇ ਅਤੇ ਬਹੁਤ ਬਹੁਤ ਵਧੀਆ ਸਾਡਾ ਨਵਾਂ ਸਾਲ ਰਹੇ, ਇਸ ਬਾਰੇ ਅਸੀਂ ਸਾਰੇ ਇਕੱਠੇ। ਅੱਜ ਜਿਹੜੀ ਅਸੀਂ ਮੀਟਿੰਗ ਕਰ ਰਹੇ ਹਾਂ ਉਹਦਾ ਮੇਨ ਉਪਲਕਸ਼ ਇਹ ਵੀ ਹੈ ਕਿ 2023 ਜਿਹੜਾ ਨਵਾਂ ਸਾਲ ਚੜ੍ਹਿਆ ਉਹਦੇ ਵਿੱਚ ਬਾਲਾ ਜੀ ਮਹਾਰਾਜ ਦਾ ਸੁੰਦਰ ਜਿਹਾ ਚਿੱਤਰ ਸਾਰੇ ਮੈਂਬਰ ਨੂੰ, ਜਿੰਨੇ ਵੀ ਸਾਡੇ ਮੈਂਬਰ ਹੈ ਉਹਨਾਂ ਨੂੰ, ਉਹਨਾਂ ਵਾਸਤੇ ਇਹ ਭੇਟ ਕਰ ਰਹੇ ਹਾਂ ਤਾਂ ਕਿ ਉਹਨਾਂ ਦਾ ਜਿਹੜਾ 2023 ਦਾ ਸਾਲ ਹੈ ਉਹ ਬੜਾ ਸ਼ੁੱਭ ਹੋਵੇ, ਮੰਗਲ ਹੋਵੇ, ਸਾਰਿਆਂ ਦੀਆਂ ਮਨੋਕਾਮਨਾ ਪੂਰਨ ਹੋਵੇ। ਬਾਲਾ ਜੀ ਮਹਾਰਾਜ ਤੋਂ ਇਹੀ ਅਸੀਂ ਅਰਦਾਸ ਕਰਦੇ ਹਾਂ। ABN ਨਿਊਜ਼ ਚੈਨਲ ਦੇਖਣੇ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।